ਵਿਦਾਇਆ ਸਾਰਿਆਂ ਨੂੰ ਬਹੁਤ ਵੱਡਾ ਸਦਮਾ ਹੈ, ਬਹੁਤ ਵੱਡਾ ਦੁੱਖ ਹੈ। ਇਹ ਏਡਾ ਦੁੱਖ ਹੈ, ਅੱਕ ਹੈ ਤੇ ਅਸਹਿ ਹੈ, ਨਾ ਤਾਂ ਬਿਆਨ ਕੀਤਾ ਜਾ ਸਕਦਾ ਨਾ ਸਹਾਇਆ ਜਾ ਸਕਦਾ। ਚਰਨਜੀਤ ਸਿੰਘ ਜੀ ਇੱਥੋਂ ਕੈਨੇਡਾ ਚਲੇ ਗਏ, ਭਾਵੇਂ ਇੱਥੇ ਇਸ ਪਰਿਵਾਰ ਵਿੱਚ ਕੋਈ ਕਮੀ ਨਹੀਂ ਸੀ, ਕੋਈ ਕਮਾਈ ਦੀ ਕਮੀ ਨਹੀਂ ਸੀ, ਕੋਈ ਜਰਾ ਦੀ ਕੋਈ ਕਮੀ ਨਹੀਂ ਸੀ, ਲੇਕਿਨ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਮੈਂ ਬਾਹਰ ਜਾ ਕੇ ਕਾਰੋਬਾਰ ਕਰਨਾ। ਉੱਥੇ ਚਲੇ ਗਏ, ਉੱਥੇ ਬੜੀ ਮਿਹਨਤ ਕੀਤੀ ਔਰ ਬੜਾ ਵੱਡਾ ਕਾਰੋਬਾਰ ਜਿਹੜਾ ਉਹਨਾਂ ਨੇ ਆਪਣਾ ਚਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਬੇਟੇ ਚੰਦ ਜੀ ਦੀ ਯਾਦ ਵਿੱਚ ਇਕੱਠੇ ਹੋਏ ਹਾਂ। ਛੋਟੀ ਜਿਹੀ ਉਮਰ ਚ, 20-30 ਸਾਲ ਦੀ ਉਮਰ ਚ ਉਹ ਕੈਨੇਡਾ ਚਲੇ ਗਏ। ਪਾਰਟੀ ਦੇ ਉੱਥੇ ਜੋ ਵੀ ਪ੍ਰੋਗਰਾਮ ਹੁੰਦਾ ਸੀ ਜਾਂ ਉੱਥੇ ਵੀ ਜਿਹੜੇ ਆਪਣੇ MP MLA ਇਲੈਕਸ਼ਨ ਲੜਦੇ ਸੀ ਉਹਨਾਂ ਨੂੰ ਬੜਾ ਸਹਿਯੋਗ ਦਿੰਦੇ ਸੀ, ਬੜੇ ਐਕਟਿਵ ਸੀ। ਅਚਾਨਕ ਹੀ ਜੇ ਖਬਰ ਮਿਲੀ, ਬੜੀ ਦੁਖਦਾਇਕ ਖਬਰ ਸੀ ਕਿਉਂਕਿ ਉਮਰ ਬਹੁਤ ਛੋਟੀ ਸੀ। ਉਸੇ ਦਿਨ ਮੈਂ ਨੁਲਕਾ ਸਾਹਿਬ ਨਾਲ ਇਕੱਠੇ ਹੋਣਾ ਸੀ, ਉਦੋਂ ਹੀ ਪਤਾ ਲੱਗਿਆ ਕਿ ਉਹਨਾਂ ਨੂੰ ਇਮੀਡੀਏਟਲੀ ਜਾਣਾ ਪਿਆ। ਜਿਵੇਂ ਕਿਹਾ ਜਾਂਦਾ ਕਿ ਹਰ ਇਨਸਾਨ ਨੇ ਜਾਣਾ, ਪਰ ਛੋਟੀ ਉਮਰ 'ਚ ਜੇ ਇਨਸਾਨ ਚਾਹੇ ਉਹਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ। ਅਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਉਸ ਪਰਿਵਾਰ ਦੇ ਦੁੱਖ ਵੰਡਣ ਵਾਸਤੇ। ਸਿਆਣੇ ਕਹਿੰਦੇ ਆ ਦੁੱਖ ਵੰਡਿਆ ਜਾਏ ਤਾਂ ਘੱਟਦਾ ਹੈ। ਅੱਜ ਲੱਖਾਂ ਦੀ ਤਾਦਾਦ 'ਚ ਲੋਕ ਦੁਨੀਆਂ ਭਰ ਅੱਜ ਬਹੁਤ ਸੁਖਮਈ ਮਾਹੌਲ ਦੇ ਵਿੱਚ ਸੀ ਇੱਥੇ ਇਕੱਤਰ ਹੋਏ ਹਾਂ। ਸਾਰੇ ਜਾਣਦੇ ਹਾਂ ਕਿ ਨੁਲਕਾ ਸਾਹਿਬ ਦੇ ਸਪੁੱਤਰ ਸ਼ਾਹ ਚਰਨਜੀਤ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ 'ਚ